ਤੇ ਮੁਹੰਮਦ ਹਨੀਫ ਮੇਰੇ ਬਹੁਤ ਹੀ ਕਰੀਬੀ ਦੋਸਤ ਵੀ ਨੇ, ਮੈਂ ਉਹਨਾਂ ਦਾ ਫੈਨ ਵੀ ਹਾਂ ਤੇ ਉਹਨਾਂ ਦੀ ਨਾ ਸਿਰਫ ਸ਼ਖਸੀਅਤ ਦਾ ਬਲਕਿ ਜੋ ਕੁਛ ਵੀ ਉਹ ਲਿਖਦੇ ਨੇ। ਤੇ ਉਹਨਾਂ ਨੇ ਇੱਕ ਬੜਾ ਮਜ਼ੇਦਾਰ ਇੱਕ ਵਾਰੀ ਇੱਕ ਆਪੇਡ ਸੀ ਜਾਂ ਪਤਾ ਨਹੀਂ ਕੋਈ ਉਂਝ ਕੋਈ ਆਰਟੀਕਲ ਸੀ ਕਿ ਉਹਨਾਂ ਨੇ ਲਿਖਿਆ ਕਿ ਪੰਜਾਬੀਆਂ ਨੂੰ ਉਨੀ ਸ਼ਰਮ ਆਪਣੇ ਕਰਤੂਤਾਂ ਤੇ ਨਹੀਂ ਆਉਂਦੀ ਜਿੰਨੀ ਆਪਣੀ ਮਾਦਰੀ ਜ਼ਬਾਨ ਤੇ ਆਉਂਦੀ, ਜਿੰਨੀ ਆਪਣੀ ਮਾਂ ਬੋਲੀ ਤੇ ਆਉਂਦੀ। ਤੇ ਮੇਰਾ ਖਿਆਲ ਹੈ ਐਂਡ ਦੈਟਸ ਸੋ ਟਰੂ ਓਨਲੀ ਬਿਕੋਜ਼ ਜਦੋਂ ਮੈਂ ਮਤਲਬ 4-5 ਸਾਲ ਦਾ ਬੱਚਾ ਜਿਹਨੂੰ ਸਕੂਲ 'ਚ ਭਰਤੀ ਕਰਾਉਣਾ ਹੈ, ਜਿਹਦੇ ਮਾਂ ਪੇ ਜਿਹੜੇ ਨੇ ਉਹ ਮਿਡਲ ਕਲਾਸ ਤੋਂ ਉਹਨਾਂ ਦਾ ਤੱਲ ਕੇ, ਪਰ ਪਤਾ ਚੱਲਦਾ ਹੈ ਇੱਕ ਫੁੱਫੀ ਜਿਹੜੀ ਅਮੀਰ ਹੈ ਜਿਹੜੀ ਬਾਹਰ ਰਹਿੰਦੀ ਹੈ, ਉਹ ਆਪਣੇ ਬੱਚੇ ਜਿਹੜੇ ਨੇ ਉਹਨਾਂ ਨੂੰ HSN 'ਚ ਭਰਤੀ ਕਰਾ ਰਹੀ, ਤੇ ਮੇਰਾ ਪਿਓ ਵੀ ਵਿਚਾਰਾ ਵਿੱਚ ਕਹਿੰਦਾ ਚਲੋ ਕੋਈ ਮੈਂ ਵੀ ਕੋਈ ਜੋੜ ਜਾੜ ਕੇ ਤੇ ਪੁੱਤਰ ਨੂੰ HSN 'ਚ ਹੀ ਪਾ ਦਿਆਂ। ਠੀਕ ਹੈ, ਤੇ ਜਦੋਂ ਤੁਸੀਂ ਅੰਗਰੇਜ਼ੀ ਮੀਡੀਅਮ ਸਕੂਲ ਜਾਂਦੇ ਹੋ ਤੇ 80 ਦੀ ਦਿਹਾਈ ਤੱਕ ਮੇਰਾ ਖਿਆਲ ਹੈ ਔਰ ਸਾਰਾ ਮਾਹੌਲ ਹਾਲੇ ਵੀ ਸੀ ਜਿੱਥੇ ਐਂਗਲੋ ਟ੍ਰੈਡੀਸ਼ਨ ਵੀ ਥੋੜੇ ਥੋੜੇ ਟੀਚਿੰਗ 'ਚ ਮੌਜੂਦ ਸਨ, ਕੋਈ ਟੀਚਰ ਵੀ ਲੱਭ ਜਾਂਦੇ ਸਨ ਜਿਹੜੇ ਉਸ ਜ਼ਮਾਨੇ ਦੇ ਸਨ ਤੇ। ਔਰ ਜਦੋਂ ਅੰਗਰੇਜ਼ੀ ਮੀਡੀਅਮ ਵਾਲਾ ਸੀਨ, ਮੈਨੂੰ ਨਹੀਂ ਪਤਾ, ਮੈਂ ਤੇ ਸਿਰਫ ਆਪਣਾ ਤਜਰਬਾ ਦੱਸ ਸਕਦਾ, ਮੈਨੂੰ ਹਿਸਟੋਰੀਕਲ ਪਰਸਪੈਕਟਿਵ ਨਹੀਂ ਪਤਾ ਤੇ ਹਕੂਮਤੀ ਸਤਾ ਤੇ ਸਰਕਾਰ ਕੀ ਕਰ ਰਹੀ ਹੈ ਔਰ ਪੋਲਿਸੀਆਂ ਕੀ ਬਣਾ ਰਹੀ ਹੈ, ਪਰ ਜਦੋਂ ਮੈਂ ਸਕੂਲ ਗਿਆ ਮੈਨੂੰ ਪਤਾ ਸੀ ਕਿ HSN 'ਚ ਪੰਜਾਬੀ ਕੋਈ ਨਹੀਂ ਬੋਲਦਾ ਸੀ, ਕੋਈ ਨਹੀਂ ਬੋਲਦਾ ਸੀ। ਔਰ ਅਸੀਂ ਆਈ ਮੀਨ ਹੁਣ ਹੁਣ ਮਤਲਬ ਹੁਣ ਤੇ ਬੜਾ ਉਹ ਕੀ ਕਹਿੰਦੇ ਨੇ ਵੋਕ ਜ਼ਮਾਨਾ ਆ ਗਿਆ ਤੇ ਸਾਨੂੰ ਸੋਚਣਾ ਪੈਂਦਾ ਹੈ ਕਿਹਨੂੰ ਕਿਸ ਨਾਂ ਤੋਂ ਬੁਲਾਈਦਾ ਹੈ, ਜੋ ਉਹ ਕੰਮ ਕਰਦਾ ਹੈ ਉਹਦੇ ਕੰਮ ਦੀ ਉਹਦੀ ਸ਼ਨਾਖਤ ਅਹਿਮ ਹੈ ਜਾਂ ਉਹਦੀ ਜ਼ਾਤ ਅਹਿਮ ਹੈ, ਉਹ ਸਾਰਾ ਜਿਹੜਾ ਤੇ ਅੱਛੀ ਗੱਲ ਹੈ। ਹੁਣ ਅਸੀਂ ਸੋਚ ਵਿਚਾਰ ਕਰਨ ਲੱਗ ਪਏ ਹਾਂ ਕਿ ਇਹ ਜਿਵੇਂ ਕੈਜੂਅਲੀ ਅਸੀਂ ਕਹੀਦਾ ਕਿਸੇ ਨੂੰ ਮਤਲਬ ਛੋਟੇ ਕੱਦ ਵਾਲੇ ਨੂੰ ਨਾਟਾ ਕਹੀਦਾ ਤੇ ਕਿਸੇ ਨੇ ਮਜ਼ਾਕ ਹੀ ਮਤਲਬ ਕਦੀ ਸੋਚਿਆ ਹੀ ਨਹੀਂ ਕਿ ਇਹਦੇ 'ਚ ਕੋਈ ਇਹ ਲੰਮੀ ਗੱਲ ਹੈ, ਇਹ ਬਹੁਤ ਵੱਡੀ ਇਹਦੀ ਕੋਈ ਰੈਪਰਕਸ਼ਨ ਹੋਏਗੀ ਇਹਦੇ। ਤੇ ਜਿਵੇਂ ਔਰ ਮੈਂ ਕਹਿਣਾ ਜਿਹੜੇ ਈਵਨ ਬਹਿਰੇ ਹੁੰਦੇ ਸਨ ਅਸੀਂ ਉਹਨਾਂ ਨੂੰ ਪੀਅਨ ਕਹੀਦਾ ਸੀ, ਠੀਕ ਹੈ ਨਾ, ਉਹ ਸਾਡੀ ਪਗੜ ਹੁੰਦੀ ਸੀ ਇਹ 'ਚ ਸੰਚੇ, ਤਾਂ ਪਗੜ ਬਣਾਉਣ ਵਾਲਾ ਜਿਹੜਾ ਬਹਿਰਾ ਹੁੰਦਾ ਸੀ ਉਹ ਵੀ ਕਦੀ ਪੰਜਾਬੀ 'ਚ ਗੱਲ ਨਹੀਂ ਕਰਦਾ ਸੀ, ਉਰਦੂ 'ਚ ਹੀ ਗੱਲ ਕਰਦਾ ਸੀ। ਸਾਡੇ ਘਰ 'ਚ ਵੀ ਹੋਈ ਸੀ, ਬਹੁਤ ਫਰਕ ਜਿਹੜਾ ਸੀ ਉਹ ਆਇਆ ਸੀ ਕਿ ਮੇਰੀ ਦਾਦੀ ਅੱਲਾ ਬਖਸ਼ੇ ਉਹ ਸਨ ਪੱਕੇ ਠੇਠ ਉਰਦੂ ਸਪੀਕਿੰਗ ਦਿੱਲੀ ਦੇ ਮੁਗਲ ਖਾਨਦਾਨ, ਉਹ ਜਿਹੜਾ ਮੁਗਲਾਂ ਦਾ ਇੱਕ ਨਾਲ ਆਂਦਾ ਹੈ, ਪ੍ਰਾਈਡ ਵੀ ਆਂਦਾ ਹੈ ਤੇ ਮੁਗਲਾਂ ਦਾ ਬਾਇਸ ਵੀ ਆਂਦਾ। ਸਾਡੇ ਘਰ 'ਚ ਉਰਦੂ ਬੋਲਣ ਦਾ ਰਿਵਾਜ ਇਸ ਕਰਕੇ ਸੀ ਕਿ ਦਾਦੀ ਪੰਜਾਬੀ ਨਹੀਂ ਬੋਲਦੇ ਸਨ, ਪਰ ਮੇਰੇ ਮਾਪੇ ਦੋਨੇ ਆਪਸ 'ਚ ਔਰ ਪੰਜਾਬੀ 'ਚ ਗੱਲ ਕਰਦੇ ਸਨ ਸਾਡੇ ਨਾਲ ਕਦੀ ਕਦੀ। ਹੁਣ ਮੇਰਾ ਮਜ਼ਾਕ ਹੈ ਅੱਬੂ ਜੀ ਦੇ ਨਾਲ ਕਿ ਪੰਜਾਬੀ 'ਚ ਗੱਲ ਕਰਿਆ ਕਰੋ, ਤਾਂ ਕਹਿੰਦੇ ਯਾਰ ਤੂੰ ਇੰਨੀ ਬੁਰੀ ਬੋਲਦਾ ਹੈ ਮੇਰਾ ਦਿਲ ਖਰਾਬ ਹੋ ਜਾਂਦਾ, ਮੈਂ ਪੰਜਾਬੀ 'ਚ ਗੱਲ ਨਹੀਂ ਕਰਨੀ ਤੇ। ਅੰਮੀ ਮੇਰੀ ਕਸ਼ਮੀਰੀ, ਅੰਮੀ ਰੇਡੀਓ ਕਰਦੇ ਸਨ, ਅੰਮੀ ਰੇਡੀਓ ਦੇ ਪ੍ਰੋਗਰਾਮ ਪੰਜਾਬੀ ਤੇ, ਠੀਕ ਹੈ ਨਾ, ਫੌਜੀ ਭਾਈਆਂ ਦਾ ਪ੍ਰੋਗਰਾਮ ਤੇ ਅਨਾਉਂਸਮੈਂਟ ਤੇ ਫਲਾਣਾ ਤੇ ਮੈਂ ਪੰਜਾਬੀ ਦੀ ਮੇਰੀ ਜਿਵੇਂ ਯਾਦਾਸ਼ਤ ਬੜੀ ਬੜੀ ਪੱਕੀ ਤੇ ਤੇਜ਼ ਹੈ, ਮੈਂ ਸੁਣੀ ਹੈ ਪੰਜਾਬੀ, ਬੋਲੀ ਕਦੀ ਨਹੀਂ। ਸੋ ਮੈਨੂੰ ਇਹ ਲੱਗਦਾ ਹੈ ਆਈ ਥਿੰਕ ਇਹ ਨਾਟ ਓਨਲੀ ਟ੍ਰਾਇੰਗ ਟੂ ਸੇ ਲੇ ਆਫ ਦ ਬਲੇਮ, ਬਟ ਕਦੀ ਵੀ ਇਹ ਇਨਕਰੇਜਮੈਂਟ ਨਹੀਂ ਮਿਲੀ, ਕਦੀ ਵੀ ਇਹ ਹੌਸਲਾ ਨਹੀਂ ਮਿਲਿਆ ਕਿ ਇਹ ਜ਼ਬਾਨ ਜਿਹੜੀ ਹੈ ਬੋਲਣੀ ਚਾਹੀਦੀ ਹੈ। ਤੁਸੀਂ ਕਹਿ ਰਹੇ ਸੋ ਬੁੱਲੇ ਸ਼ਾਹ ਤੇ ਜਿੰਨੇ ਸਾਡੇ ਬਾਬੇ ਨੇ ਹੋਰ ਜਿੰਨੇ ਮਤਲਬ ਬਜ਼ੁਰਗ ਨੇ ਜਿਨ੍ਹਾਂ ਨੇ ਮਤਲਬ ਕੀ ਨਹੀਂ ਲਿਖਿਆ, ਪਤਾ ਸਾਨੂੰ ਸਾਰਿਆਂ ਦਾ, ਸਾਡੀ ਯਾਦਾਸ਼ਤ 'ਚ ਉਹ ਸ਼ਾਮਿਲ ਨੇ, ਅਸੀਂ ਗਾਣਿਆਂ 'ਚ, ਅਸੀਂ ਪ੍ਰੋਗਰਾਮਾਂ 'ਚ, ਅਸੀਂ ਖਬਰਾਂ 'ਚ, ਅਸੀਂ ਰੋਜ਼ਮਰਰਾ ਦੀ ਬੋਲਚਾਲ 'ਚ, ਰਹਿਤਲ 'ਤੇ ਅਸੀਂ ਸੁਣੇ ਹਾਂ ਉਹਨਾਂ ਦਾ, ਪਰ ਕਦੀ ਇਹ ਅਹਿਸਾਸ ਨਹੀਂ ਕੀਤਾ ਕਿ ਇਹ ਜਿਹੜੀ ਬੁਨਿਆਦ ਹੈ ਜ਼ਬਾਨ ਦੀ, ਮਾਂ ਬੋਲੀ ਦੀ, ਇਹ ਸਿਰਫ ਇਹ ਰੈਫਰੈਂਸ ਨਹੀਂ ਹੈ, ਇਹਦੀ ਤੇ ਬੜੀ
ਮਤਲਬ ਇੱਕ ਇੱਕ ਗੂੜੀ ਇਹਦੀ ਡੂੰਗੀ ਇੱਕ 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 ਐਗਜ਼ਿਸਟੈਂਸ ਹੈ ਜਿਹੜੀ ਅਸੀਂ ਕਦੀ ਰਿਅਲਾਈਜ਼ ਨਹੀਂ ਕੀਤੀ। ਤੇ ਸਾਡੇ ਘਰ 'ਚ ਆਈ ਥਿੰਕ ਵੀ ਵਰ ਦੈਟ ਪਰਫੈਕਟ ਐਗਜ਼ਾਮਪਲ ਵੇਅਰ ਪੰਜਾਬੀ ਵਾਜ਼ ਨਾਟ ਸਪੋਕਨ, ਵੇਅਰ ਦੇਰ ਵਾਸ ਦਿਸ ਵੀਅਰਡ ਕਾਈਂਡ ਆਫ ਸ਼ੇਮ ਅਟੈਚ ਟੂ ਇਟ, ਔਰ ਇਫ ਨਾਟ ਸ਼ੇਮ, ਸ਼ੇਮ ਇਜ਼ ਅ ਸਟਰੋਂਗ ਵਰਡ, ਸ਼ਾਇਨੈਸ। ਅਸੀਂ ਕਦੀ ਪੰਜਾਬੀ 'ਚ ਗੱਲ ਨਹੀਂ ਕੀਤੀ, ਪੰਜਾਬੀ ਸਿਰਫ ਇੱਕ ਅਜੀਬ ਜਿਹੀ ਕੰਪਲੈਕਸ ਦੇ ਨਾਲ ਹਮੇਸ਼ਾ ਗੱਲ ਕੀਤੀ। ਉਰਦੂ 'ਚ ਮੈਂ ਉਰਦੂ ਮੇਰੀ ਠੀਕ ਸੀ ਦਾਦੀ ਦੀ ਵਜ੍ਹਾ ਤੋਂ, ਤੇ ਮੈਂ HSN 'ਚ ਜ਼ਿਆਦਾ ਅੰਗਰੇਜ਼ੀ ਮੀਡੀਅਮ ਬੱਚੇ ਹੁੰਦੇ ਸਨ, ਤੇ ਮੇਰੀ ਜ਼ਿਆਦਾ ਤਾਲੀਮੋ ਤਰਬੀਅਤ ਤੇ ਨੌਨਿਹਾਲ ਤੇ ਬੱਚੋਂ ਦਾ ਬਾਗ ਪੜ੍ਹ ਪੜ੍ਹ ਕੇ ਇੰਸਪੈਕਟਰ ਜਮਸ਼ੇਦ ਸੀਰੀਜ਼, ਮੇਰੀ ਉਰਦੂ ਥੋੜ੍ਹੀ ਬਿਹਤਰ ਸੀ ਤੇ ਮੈਂ ਉਰਦੂ ਮੇਰੀ ਸਹੀ ਸੀ, ਪਰ ਮੈਂ ਪੰਜਾਬੀ ਮੈਂ ਨਾ ਕਦੀ ਲਿਖੀ ਨਾ ਕਦੀ ਬੋਲੀ, ਤੇ ਪੰਜਾਬੀ ਵਾਜ਼ ਨਾਟ ਐਨ ਆਪਸ਼ਨ। ਆਈ ਥਿੰਕ ਦੈਟਸ ਵੇਅਰ ਦ ਪ੍ਰੋਬਲਮ ਵਾਜ਼, ਐਂਡ ਦ ਪ੍ਰੋਬਲਮ ਇਜ਼ ਇਨ ਦ 80s, ਦ ਪ੍ਰੋਬਲਮ ਇਜ਼ ਇਨ ਦ 90s। ਦੈਨ ਮੈਂ ਗੌਰਮੈਂਟ ਕਾਲਜ ਜਦੋਂ ਗਿਆ ਤੇ ਮੈਂ, ਮੇਰਾ ਖਿਆਲ ਹੈ ਹੁਣ ਮੈਨੂੰ ਬਹੁਤ ਵੱਡਾ ਜਿਹੜਾ ਹੈ ਨਾ ਕਲਕ ਹੈ, ਇੱਕ ਅਫਸੋਸ ਹੈ ਕਿ ਮੈਂ ਪਹਿਲਾ ਬੈਚ ਸੀ ਬਾਏ ਦ ਵੇ ਜਦੋਂ GCU ਆਟੋਨਮਸ ਹੋਇਆ, ਡਿਗਰੀ ਅਵਾਰਡਿੰਗ ਮੈਂ ਪਹਿਲਾ ਬੈਚ ਸੀ, ਤੇ ਉਹਨਾਂ ਨੇ ਤਿੰਨ ਕੰਪਲਸਰੀ, ਔਰ ਜਿਹੜੇ ਪਹਿਲੇ ਹੁੰਦਾ ਸੀ ਨਾ ਆਪਸ਼ਨਲ ਤੇ ਦੋ ਇਲੈਕਟਿਵ ਵਾਲੇ, ਸਾਡੇ ਵਾਰੀ ਉਹਨਾਂ ਨੇ ਤਿੰਨੋਂ ਕੰਪਲਸਰੀ ਕਰ, ਤੇ ਮੈਂ ਹੁਣ ਸੋਚਦਾ ਮੈਂ ਪੰਜਾਬੀ ਰੱਖਣੀ ਚਾਹੀਦੀ ਸੀ। ਮੈਂ ਲਿਟਰੇਚਰ ਅੰਗਰੇਜ਼ੀ ਦਾ ਪੜ੍ਹਿਆ, ਮੈਂ ਫਿਲੋਸਫੀ ਪੜ੍ਹੀ, ਮੈਂ ਸਾਈਕੋਲੋਜੀ ਪੜ੍ਹੀ, ਪਰ ਪੰਜਾਬੀ ਦੀ ਕੋਈ ਪਤਾ ਨਹੀਂ, ਕੋਈ ਠੀਕ ਹੈ ਪੰਜਾਬੀ ਕੋਈ ਸਿੱਖਣ ਵਾਲੀ ਸ਼ਾਇਦ ਨਹੀਂ, ਪੰਜਾਬੀ ਤੇ ਅੱਛੀ ਸ਼ਾਇਦ ਤੇ ਅੰਟਿਲ ਦ ਲੇਟ 90s, ਆਲ ਆਈ ਵਾਟ ਆਈ ਐਮ ਟ੍ਰਾਈਂਗ ਟੂ ਗੈਟ ਐਟ ਇਜ਼ ਦੈਟ ਇਟ ਵਾਸ ਨਾਟ ਐਨ ਆਈਡੀਆ ਦੈਟ ਐਗਜ਼ਿਸਟਡ ਦੈਟ ਯੂ ਨੋ ਆਈ ਨੀਡ ਟੂ ਓਨ ਇਟ। ਐਂਡ ਟੂ ਬੀ ਆਨੈਸਟ, ਆਈ ਥਿੰਕ ਇਹ ਬਹੁਤ ਹੀ ਜਜ਼ਬਾਤੀ ਜਿਹੀ ਗੱਲ ਹੋਈ, ਮੈਂ ਖਿਆਲ ਹੈ ਜਦੋਂ ਵਾਲਦਾ ਸਾਹਿਬਾ ਨਹੀਂ ਰਹੇ ਦੁਨੀਆ ਤੇ, ਤੇ ਮੈਂ ਤਦੋਂ ਮੈਂ ਰਿਅਲਾਈਜ਼ ਕੀਤਾ ਕਿ ਨਹੀਂ, ਮੈਨੂੰ ਮਾਂ ਦੀਆਂ ਗਾਲਾਂ ਪੰਜਾਬੀ 'ਚ ਯਾਦ ਆਉਂਦੀਆਂ ਨੇ, ਮੈਨੂੰ ਮਾਂ ਦੀਆਂ ਦੁਆਵਾਂ ਪੰਜਾਬੀ 'ਚ ਯਾਦ ਆਉਂਦੀਆਂ ਨੇ। ਮਾਂ ਤੇ ਅਸੀਂ ਕਦੀ ਵੀ ਉਰਦੂ 'ਚ ਗੱਲ, ਆਪਸ ਹਮੇਸ਼ਾ ਨੋਰਮਲ ਗੱਲ 'ਚ ਗੱਲਬਾਤ ਉਰਦੂ 'ਚ ਹੀ ਕੀਤੀ। ਮੈਂ ਕਿਹਾ ਜਦੋਂ ਮਾਂ ਨੇ ਕਦੀ ਵੀ ਗਾਲ ਕੱਢੀ ਜਾਂ ਦੁਆ ਦਿੱਤੀ, ਉਹ ਪੰਜਾਬੀ 'ਚ ਹੀ ਦਿੱਤੀ ਹੈ। ਤੇ ਉਹ ਜਿਹੜੀ ਮੈਮਰੀ ਸੀ ਉਹ ਬਹੁਤ ਜ਼ਿਆਦਾ ਪ੍ਰੈਸ਼ਸ ਵੀ ਸੀ, ਕੀਮਤੀ ਵੀ ਸੀ ਮੇਰੇ ਲਈ, ਤੇ ਮੈਂ ਲਿਟਰਲੀ ਤਦੋਂ ਫਿਰ ਮੈਂ ਪੰਜਾਬੀ ਨੂੰ ਬੋਲਣਾ, ਮੇਰਾ ਮਜ਼ਾਕ ਵੀ ਉੜਦਾ ਸੀ ਲੋਕ ਕਹਿੰਦੇ ਤੂੰ ਵਰਤੋਂ ਕਹਿੰਦੇ ਤੂੰ ਅੱਜ ਅੰਗਰੇਜ਼ ਤੇ ਚਲਾ ਗਿਆ ਸੀ 47 ਚ, ਤੂੰ ਅੰਗਰੇਜ਼ਾਂ ਅੰਗਰੇਜ਼ ਨਿੱਠੋਂ ਗਏ ਖੱਟਾ ਛੋਮ ਵੋ ਖੱਟਾ, ਤੇ ਤੇ ਪੰਜਾਬੀ ਉਸ ਤਰ੍ਹਾਂ ਦੀ ਲੱਗਦੀ, ਤੂੰ ਤੇ ਬੜਾ ਮੰਮੀ ਡੈਡੀ ਨਕਲੀ ਪੰਜਾਬੀ, ਐਂਡ ਪੰਜਾਬੀ ਜੇ ਕੱਢਣੀ ਤੇ ਗਾਲ ਹੀ ਕੱਢਣੀ, ਹੋਰ ਕੋਈ ਗੱਲ ਨਹੀਂ ਕਰਨੀ। ਤੇ ਪੰਜਾਬੀ ਦੇ ਨਾਲ ਮੇਰੀ ਐਸੋਸੀਏਸ਼ਨ ਜਾਂ ਮੇਰੀ ਜਿਹੜੀ ਐਫਰਟ ਸੀ ਉਹ ਬੜੀ ਡਿਲੀਬਰੇਟ ਤੇ ਬੜੀ ਪਰਸਨਲ ਸੀ, ਉਹ ਸਿਰਫ ਮੇਰਾ ਤਾਲੁਕ ਸੀ, ਮੈਂ ਕਹਿੰਦਾ ਮੈਂ ਸਿੱਖਣੀ, ਮੈਂ ਪ੍ਰੈਕਟਿਸ ਕਰਨੀ।